ਜਦੋਂ ਮੇਰੇ ਲੀੜੇ ਪੜ ਗਏ ਉਹਨਾਂ ਆਪ ਹੀ ਬਣਾਈ, ਉਹ ਕੁੜੀ ਦੇ ਭਰਾ ਨੇ ਬਣਾਈ ਆ। ਇਹ ਕੁੜੀ ਦੇ ਭਰਾਵਾਂ ਨੇ ਤੇ ਉਹਦੀ ਮਾਂ ਨੇ, ਦੋ ਮੁੰਡੇ ਅਮਰਕੋਟ ਦੇ ਆ, ਇੱਕ ਉਹਨਾਂ ਦੀ ਮਾਂ ਆ। 4 ਤੋਂ 5 ਸਾਲ ਤੋਂ ਪਹਿਲਾਂ ਇਹ ਲੜਕਾ ਲੜਕੀ ਆਪਸ 'ਚ ਰਿਲੇਸ਼ਨ 'ਚ ਸੀਗੇ, ਬਿਲਕੁਲ ਨਾਲ ਨਾਲ ਘਰ ਇਹਨਾਂ ਦੇ, ਇਹਨੇ ਲੜਕੀ ਨੂੰ ਜਾਣੀ ਮਤਲਬ ਲੈ ਕੇ ਇਹਦੇ ਵਿਆਹ ਕਰਵਾ ਲਿਆ। ਵਿਲਟੋਹੇ ਦੇ ਵਿੱਚ ਹੋਈ ਇੱਕ ਵੀਡੀਓ ਵਾਇਰਲ ਦੇ ਮਾਮਲੇ ਤੋਂ ਬਾਅਦ ਜਿਹੜਾ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ, ਜਿਸ ਤੋਂ ਬਾਅਦ ਪਰਚਾ ਦਰਜ ਕਰ ਦਿੱਤਾ ਜਾਂਦਾ। ਦੱਸ ਦਈਏ ਕਿ ਇੱਕ ਜਿਹੜੀ ਆ ਮਹਿਲਾ ਦੀ ਜਿਹੜੀ ਆ ਮਾਰ ਕੁਟਾਈ ਕੀਤੀ ਜਾਂਦੀ ਹੈ, ਇੱਕ 60 ਸੈਕਿੰਡ ਦਾ ਕਲਿੱਪ ਜਿਹੜਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਔਰ ਪੁਲਿਸ ਨੇ ਜਿਹੜੀ ਆ ਜਾਂਚ ਵੀ ਸ਼ੁਰੂ ਕਰ ਦਿੱਤੀ ਔਰ ਵਿਕਟਿਮ ਮਹਿਲਾ ਵੀ ਜਿਹੜੀ ਨੇ ਉਹ ਸਾਡੇ ਨਾਲ ਨੇ। ਭੈਣ ਜੀ, ਸਾਰੀ ਕੀ ਗੱਲ ਹੋਈ ਸੀ ਉਸ ਦਿਨ, ਕਿੱਥੋਂ ਲੜਾਈ ਹੋਈ ਹੈ? ਲੜਾਈ ਸਰ ਜੀ ਕੁੜੀ ਮੁੰਡੇ ਤੋਂ ਹੀ ਹੋਈ, ਉਹਨਾਂ ਦੀ ਕੋਰਟ ਮੈਰਿਜ ਕਰਾ ਲਈ, ਮਹੀਨੇ ਬਾਅਦ ਮੈਂ ਘਰੇ ਆਈ ਹਾਂ ਤੇ ਮੇਰੀ ਇੱਦਾਂ ਹੀ ਇੱਕੇ ਨੇ ਸੁਣੀ ਗਿਣੀ ਨਹੀਂ ਗੀ ਤੇ ਬਸ ਹੁਣ ਬੂਹਾ ਖਿਲਾਤਾ ਗੁਆਂਢਣ ਨੇ ਤੇ ਮੈਂ ਬੂਹਾ ਖੋਲ ਬੈਠੀ। ਤੇ ਪਰ ਲੜਾਈ ਦੀ ਵਜ੍ਹਾ ਕੀ ਸੀ, ਕਿਹੜੀ ਗੱਲੋਂ, ਕੀ ਗੱਲਬਾਤ ਹੋਈ, ਕੀ ਤੁਹਾਡੇ ਬੇਟੇ ਨੇ ਕੀ ਕੋਰਟ ਮੈਰਿਜ ਕਰਾਈ, ਉਸ ਤੋਂ ਬਾਅਦ ਲੜਾਈ ਹੋਈ? ਹਾਂਜੀ ਕੋਰਟ ਮੈਰਿਜ ਤੋਂ ਬਾਅਦ ਲੜਾਈ ਹੋਈ ਆ। ਤੇ ਕਿੰਨਾਂ ਨੇ ਤੁਹਾਨੂੰ ਕੁੱਟਿਆ, ਜਿਹੜਾ ਜਿਹੜੀ ਮਾਰ ਕੁਟਾਈ ਕੀਤੀ? ਇਹ ਕੁੜੀ ਦੇ ਭਰਾਵਾਂ ਨੇ ਤੇ ਉਹਦੀ ਮਾਂ ਨੇ, ਇੱਕ ਦਿਨ ਸ਼ਰਨ ਆ, ਇੱਕ ਦਿਨ ਅੱਗੇ ਚਰਨ ਆ, ਦੋ ਮੁੰਡੇ ਅਮਰਕੋਟ ਦੇ ਆ, ਇੱਕ ਉਹਨਾਂ ਦੀ ਮਾਂ ਆ। ਜਿਹੜੀ ਵੀਡੀਓ ਵਾਇਰਲ ਜਿਹੜੀ ਹੋਈ ਸੀ ਇਹ ਉਹਨਾਂ ਵੱਲੋਂ ਕੀਤੀ ਗਈ, ਉੱਥੇ ਉੱਥੇ ਉਹ ਬਣਾਉਂਦੇ ਸੀ ਕਿ ਕੋਈ ਹੋਰ ਬਣਾਉਂਦਾ ਹੈ? ਨਹੀਂ, ਉਹਨਾਂ ਜਦੋਂ ਮੇਰੇ ਲੀੜੇ ਪੜ ਗਏ ਉਹਨਾਂ ਆਪ ਹੀ ਬਣਾਈ, ਉਹ ਕੁੜੀ ਦੇ ਭਰਾ ਨੇ ਹੀ ਬਣਾਈ ਆ। ਅੱਛਾ, ਹਾਂਜੀ। ਤੇ ਹੋਰ ਪੁਲਿਸ ਨੇ ਕੇਸ ਰਜਿਸਟਰ ਕਰਤਾ ਸੀ ਪਹਿਲਾਂ? ਨਹੀਂ, ਅਸੀਂ ਰਾਤ ਦੇ ਕੇ ਗਏ ਪਰਚਾ। ਹਾਂਜੀ ਠੀਕ ਆ, ਦੂਜੇ ਤੀਜੇ ਦਿਨ ਆ ਕੇ ਤੇ ਉਹਨਾਂ ਨੇ। ਹਾਂਜੀ। ਤੇ ਭਾਜੀ ਵੀ, ਭਾਜੀ ਤੁਸੀਂ ਇਹਨਾਂ ਦੇ ਨਾਲ ਆਉਂਦੇ ਰਹੇ ਉਹ ਟਾਈਮ ਤੇ ਕੀ ਘਟਨਾ ਹੋਈ ਸਾਰੀ? ਘਟਨਾ ਦਰਅਸਲ ਜੀ ਇਹ 4 ਤੋਂ 5 ਸਾਲ ਤੋਂ ਪਹਿਲਾਂ ਇਹ ਲੜਕਾ ਲੜਕੀ ਆਪਸ 'ਚ ਰਿਲੇਸ਼ਨ 'ਚ ਸੀਗੇ ਤੇ ਮਹੀਨਾ ਕੁ ਪਹਿਲਾਂ ਇਹਨੇ ਲੜਕੇ ਨੇ ਜਾਣੀ ਇਹ ਬਿਲਕੁਲ ਨਾਲ ਨਾਲ ਘਰ ਇਹਨਾਂ ਦੇ, ਇਹਨੇ ਲੜਕੀ ਨੂੰ ਜਾਣੀ ਮਤਲਬ ਲੈ ਕੇ ਇਹਦੇ ਵਿਆਹ ਕਰਵਾ ਲਿਆ। ਪਹਿਲਾਂ ਤਾਂ ਕੋਟਕਪੂਰੇ ਇੱਥੇ ਨਾਨਕੇ ਆ ਲੜਕੇ ਦੇ, ਉੱਥੇ ਰਹੇ ਅਸੀਂ ਪਿੰਡ ਦੇ, ਚਲੋ ਜਿੰਨੇ ਵੀ ਵਿੱਚ ਇਨਵੋਲਵ ਆ ਬੰਦੇ ਜ਼ਿੰਮੇਵਾਰ ਨਾਂ 'ਤੇ ਹੁੰਦੇ, ਅਸੀਂ ਉਹ ਕਾਫੀ ਕੋਸ਼ਿਸ਼ ਕੀਤੀ ਲੱਭਣ ਦੀ। 15 ਤੋਂ 20 ਦਿਨ ਬਾਅਦ ਜਾਣੀ ਇਹਨਾਂ ਨੇ ਫਰੀਦਕੋਟ ਕੋਰਟ ਦੇ ਵਿੱਚ ਪੇਸ਼ ਹੋ ਗਏ ਅਤੇ ਇਹਨਾਂ ਨੇ ਆਪਣੀ ਜਿਹੜੀ ਮੈਰਿਜ ਰਜਿਸਟਰ ਕਰਵਾ ਲਈ। ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਦੋਵਾਂ ਪਰਿਵਾਰਾਂ ਨੂੰ ਇਹ ਗੱਲ ਸਮਝਾਈ ਸੀ ਕਿ ਚਲੋ ਬਾਈ ਲਾ ਵੀ ਤੁਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਕਾਨੂੰਨ ਇਜਾਜ਼ਤ ਦਿੰਦਾ ਆ ਕਿ ਬਾਲਗ ਨੇ ਦੋਨੇ, ਪਰ ਇਹ ਆ ਵੀ ਇਹ ਜਲਦਬਾਜ਼ੀ ਦੇ ਵਿੱਚ ਕਿਤੇ ਇਕੱਲੇ ਘਰੇ ਆਏ ਅਤੇ ਨਾਲ ਨਾਲ ਘਰ ਹੋਣ ਕਰਾਮੂ ਸਾਹਮਣੇ ਜਦੋਂ ਇਹਨਾਂ ਦੇ ਵਿੱਚ ਹੋਇਆ ਤਾਂ ਇਹਨਾਂ ਤਕਰਾਰ ਹੋ ਗਿਆ। ਇਸੇ ਗੱਲ ਨੂੰ ਲੈ ਕੇ ਇਹਨਾਂ ਨੇ ਜੋ ਮਾਰ ਕਟਾਈ ਕੀਤੀ ਅਤੇ ਉਹਦੇ ਵਿੱਚ ਇਹਨਾਂ ਦੇ ਜਿਹੜੇ ਕੱਪੜੇ ਆ ਉਹਨਾਂ ਉਤਾਰ ਕੇ ਅਤੇ ਆਹ ਵੀ ਵੀਡੀਓ ਵਾਇਰਲ ਕਰਤੀ ਬਾਜ਼ਾਰ 'ਚ। ਉੱਥੇ ਇੱਕਦਮ ਜਦੋਂ ਭੱਜ ਕੇ ਦੁਕਾਨ 'ਚ ਵੜ ਕੇ ਇਹਨਾਂ ਨੇ ਜਾਨ ਬਚਾਈ, ਕੀ ਮਤਲਬ ਜਿਹੜਾ ਮਾਰ ਕਟਾਈ ਹੈ ਹੋਰ ਕਿਹਨੇ ਕੀਤੀ ਸੀ ਨਾਲ? ਮਾਰ ਕਟਾਈ ਜਿਹੜੀ ਫੈਮਿਲੀ ਦੀ ਸੀਗੀ, ਬ੍ਰਦਰ ਸੀਗਾ ਦੋਨੇ ਅਤੇ ਇੱਕ ਉਹਦੀ ਮਦਰ ਸੀਗੀ। ਹਾਂ, ਅਤੇ ਫਾਦਰ ਹੈ ਨਹੀਂ ਸੀਗਾ, ਲੜਕੀ ਦਾ ਫਾਦਰ ਹੈ ਨਹੀਂ ਸੀਗਾ ਅਤੇ ਜਿਹੜੇ ਨਾਲ ਜਸਟ 100 ਮੀਟਰ ਦਾ ਹੀ ਆਪਸ 'ਚ ਫਾਸਲਾ ਇਹਨਾਂ ਦੇ ਘਰਾਂ ਦਾ। ਉੱਥੇ ਇੱਕ ਸਾਡੇ ਹੀ ਦਿਓਲ ਪਰਿਵਾਰ ਦੇ ਵਿੱਚੋਂ ਹੀ ਆ, ਕਿਰਿਆਨੇ ਦੀ ਦੁਕਾਨ ਕਰਦੇ ਗੁਰਦੇਵ ਸਿੰਘ ਜੀ, ਉਹਨਾਂ ਨੇ ਇਹਨਾਂ ਨੂੰ ਮਤਲਬ ਕੱਪੜਾ ਦਿੱਤਾ ਅਤੇ ਉਹਨਾਂ ਨੇ ਫਿਰ ਇਹਨਾਂ ਦੇ ਜੋ ਮਗਨ ਸੇਫ ਕਰਕੇ ਬਾਹਰ ਪਾਸੇ ਕੱਢਿਆ। ਅਤੇ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਦੋਂ ਤੁਸੀਂ ਥਾਣੇ ਆਏ ਤਾਂ ਪਰਚਾ ਦਰਜ ਕਰ ਦਿੱਤਾ ਗਿਆ ਸੀ ਜਾਂ ਪਹਿਲਾਂ ਕੋਈ ਇਹਨਾਂ ਦਾ ਆਪਸੀ ਰਾਜੀਨਾਮਾ ਕਹਿੰਦੇ ਸੀ ਹੁੰਦਾ? ਪਿੰਡ ਦੇ ਜਿਹੜੇ ਮੋਹਤਬਾਰ ਵਿਅਕਤੀ ਆ ਸਾਰਿਆਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਆਪਸ 'ਚ ਰਾਜੀਨਾਮਾ ਕਰਵਾਈਏ, ਪੰਚ ਸਰਪੰਚ ਜਿੰਨੇ ਵੀ ਆ, ਪਰ ਜਦੋਂ ਇਹਨਾਂ ਦੀਆਂ ਵੀਡੀਓ ਵਾਇਰਲ ਵਾਲਾ ਮਸਲਾ ਬਣ ਗਿਆ ਉਸ ਤੋਂ ਬਾਅਦ ਜੋ ਪੁਲਿਸ ਪਰ ਇਹਦੇ ਕੋਲ ਗੱਲ ਪਹੁੰਚੀ ਤਾਂ ਪੁਲਿਸ ਨੇ ਪੂਰਾ ਕੋਪਰੇਟ ਕੀਤਾ ਜੀ। SHO ਸੁਨੀਤਾ ਬਾਵਾ ਜੀ ਉਹਨਾਂ ਨੇ ਕਾਫੀ ਮਤਲਬ ਕੋਪਰੇਟ ਕੀਤਾ, ਫਿਰ ਪਰਚਾ ਦਰਜ ਕਰਦੇ ਨਾਲ ਦੇ ਨਾਲ ਹੀ ਉਹਨਾਂ ਨੇ ਆਪਦੇ ਜਿਹੜੇ ਰੇਡ ਆ ਉਹ ਵੀ ਕੰਡਕਟ ਕੀਤੀਆਂ ਤੇ ਕਾਫੀ ਹੱਦ ਤੱਕ ਇਹ ਵੀ ਇਸ ਗੱਲ ਤੋਂ ਸੈਟੀਸਫਾਈ ਨੇ ਕਿ ਸਾਡੀ ਪੁਲਿਸ ਨੇ ਜਿਹੜੀ ਆ ਵੀ ਹੈਲਪ ਕੀਤੀ ਆ। ਤੇ ਹੁਣ ਜਿਹੜਾ ਕੇਸ ਰਜਿਸਟਰਡ ਹੋ ਗਿਆ ਤੇ ਜਿਹੜੇ ਉਹ ਪਰਿਵਾਰ ਫਰਾਰ ਆ,
ਹਾਂਜੀ ਪਰਿਵਾਰ ਫਰਾਰ ਆਈ ਹੈ ਇਸ ਟਾਈਮ, ਬਾਕੀ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਕਿ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਇਹ ਸਨ ਵਿਕਟਮ, ਔਰ ਦੱਸ ਦਈਏ ਕਿ ਪੀੜਿਤ ਮਹਿਲਾ ਵੀ ਜਿਹੜੀ ਸੀ ਇਹਨਾਂ ਨਾਲ ਨਿਊਜ਼ 18 ਨਾਲ ਗੱਲਬਾਤ ਕੀਤੀ ਔਰ 'ਚ ਦੱਸਿਆ ਕਿ ਕਿਸ ਤਰੀਕੇ ਨਾਲ ਸਾਰੀ ਘਟਨਾ ਹੋਈ ਸੀ, ਔਰ ਪੁਲਿਸ ਵੱਲੋਂ ਵੀ ਇਸ ਮਾਮਲੇ 'ਚ ਕੇਸ ਰਜਿਸਟਰ ਕਰ ਦਿੱਤਾ ਗਿਆ ਔਰ ਪੁਲਿਸ ਨੇ ਇਸ ਮਾਮਲੇ 'ਚ ਰੇਡ ਕੰਡਕਟ ਕਰਨੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।